ਹੁਣ ਦੁੱਲੇਰਾਂ ਦੇ ਹੱਥ ਲੱਗੇ ਪਏ, ਹੋਰ ਪਾਸੇ ਦੇ ਟੁੱਟ ਜੂ, ਆ ਚੀਜ਼ ਨਹੀਂ ਹਿਲਦੀ ਦੀ। ਮੈਂ ਤੁਹਾਨੂੰ ਕਿੰਨੇ ਕੁਇੰਟਲ ਗਰੰਟੀ ਦੇ ਨਾਲ ਗੰਨਾ ਦੱਸ ਤੂੰ ਕਿੰਨਾ ਢੋਲੂ ਗੰਨਾ 60 ਕੁਇੰਟਲ ਰੇੜੀ ਦੇ ਜਾ ਬਸ। ਲੜਾਈ ਦਾ ਕੰਮ ਹੋ ਜਾਣਾ, ਨਾਲੇ ਫਿਰ ਨਸ਼ਾ ਵਧੀਆ ਜਾਂਦਾ ਹੁੰਦਾ, ਪਾਣੀ ਲੱਗ ਜਾਂਦਾ ਅਤੇ ਨਾਲੇ ਅੱਜ ਵੀ ਕਰ ਦਿੰਦੇ। ਬਾਕੀ ਰਹੀ ਅੱਜ ਸਾਨੂੰ ਇੱਕ ਹੋਰ ਚੀਜ਼ ਲਗਾਉਣੀ, ਆਪਾਂ ਨੇ ਜਿਵੇਂ ਉਸ ਦਿਨ ਮਾਰਿਆ ਪੈਂਦਾ ਰੀਟਾ ਬੇਟਾ, ਆਪਾਂ 540 ਚੱਕਰਾਂ ਪਰ ਜੇ ਆਪਾਂ ਵਾਹੁੰਦੇ ਹਾਂ ਟਰੈਕਟਰ ਨੂੰ, ਹੈ ਨਾ, ਤਾਂ ਫਿਰ ਮਲਾਈ ਘੱਟ ਹੁੰਦੀ ਹੈ। ਜੇ ਜ਼ਿਆਦਾ ਰੇਸ ਹੋਣਗੇ ਫਿਰ ਮਲਾਈ ਹੋਣੀ, ਫਿਰ ਜਿਹੜਾ ਧੋਰਾ ਵੱਧ ਜਾਂਦਾ ਟਰੈਕਟਰ। ਹੁਣ ਆਪਾਂ ਨੇ ਉਹ ਗੇਰਾਂ ਚਲਾਈਆਂ ਸੀ, ਗੇਰਾਂ ਚੁੱਕਣ ਨੂੰ ਮੈਂ ਗੇਰਾਂ 'ਚ ਚਲਾ ਕੇ ਦੇਖੀ ਸੀ, ਗੇਰਾਂ 'ਚ ਕਿਆ ਫਰਕ ਹੈ ਉਹਨੂੰ ਲਗਾਉਣਾ। ਆ ਦੂਏ ਲੋਡ 'ਚ ਚੱਲ ਰਹੇ ਹਾਂ ਵੀ, ਜਿੱਦਾਂ ਉਹ ਪਹਿਲੇ ਲੋਡ 'ਚ ਕਰਦੇ ਹਾਂ ਤਾਂ ਫਿਰ ਥੋੜ੍ਹਾ ਜਿਹਾ ਵੀ ਟਰੈਕਟਰ ਗੇੜੇ ਘੱਟ ਆਉਂਦੇ ਆ, ਵੀ ਜਿੰਨਾ ਬੜਾ ਗੇੜੇ ਕਰੀ ਜਾਂਦੇ ਮੈਂ ਤੋਰਾ ਵੀ ਵੱਧ ਜਾਣਾ, ਨਾਲੇ ਉਹ ਤੂਰਾ ਵਧੀਆ ਹੁੰਦਾ। ਵੇਖ ਕਿੰਨੇ ਕਿੰਨੇ ਦੇ ਬੀਜ ਕਰਦੇ, ਐਂ ਬਣਾ ਤਾ ਖੇਤ ਨੇ, ਦੇਖਦਾ ਚੱਲ। ਬਾਕੀ ਜੱਗੇ ਨਾਲ ਵੀ ਉੱਥੇ ਕਣਕ ਵਧਾਉਣ ਲੱਗੇ ਸੀ, ਅਤੇ ਟਰਾਲਾ ਭਰਾ ਕੇ ਹੁਣ ਜੱਗੇ ਨਾਲ ਖੋਲ੍ਹ ਕੇ ਆਉਣਾ ਟਰੈਕਟਰ ਨਾਲ, ਅਤੇ ਹੁਣ ਇਹਨਾਂ ਦੂਏ ਖੇਤ 'ਚ ਜਾਣਾ, ਦੇਖਦੇ ਜੇ ਟਰਾਲਾ ਕੋਈ ਮਿਲ ਗਿਆ ਤਾਂ ਆਪਾਂ ਅੱਗੇ ਵਧਾ ਲੈਂਦੇ ਹਾਂ। ਬਾਕੀ ਇਹ ਦੋਨਾਂ ਦਾ ਤੁਹਾਨੂੰ ਫਰਕ ਲਗਾਉਣਾ, ਆਹ 540 ਨਾ ਇਹ ਦੂਏ ਗੇਅਰ 'ਚ ਕਰਿਆ ਪਿਆ ਆਪਾਂ ਨੂੰ, ਠੀਕ ਆ, ਪਾਂਡ ਪਰ ਸਿੱਧੀ ਹੀ ਦਿਖਾ ਦੀ। ਬਾਕੀ ਹੁਣ ਤੁਹਾਨੂੰ ਪਹਿਲਾਂ ਦੂਆ ਗੇਅਰ ਲਾ ਕੇ ਦਿਖਾਉਣਾ ਮੈਂ, 540 ਚੱਕਰ। ਭਾਈ ਆਹ ਫਰਕ ਆ ਵੀ ਜਿੱਦਣ ਆਪਾਂ ਗੇਰਾਂ ਜਿੱਦਣਾ, ਹੁਣ ਜੇ ਮਲਾਈ ਜ਼ਿਆਦਾ ਕਰਨੀ ਹੈ ਕੁਝ ਚੀਜ਼ ਦਾ ਗੁਦਰਾ ਕਰਨਾ ਤਾਂ ਗੇਰਾਂ 'ਚ ਲਾ ਕੇ ਫਾਇਦਾ ਆਪਾਂ ਨੂੰ, ਬਾਕੀ ਜਿਹਨਾਂ ਨੂੰ ਪਤਾ ਉਹਨਾਂ ਤੋਂ ਪਤਾ ਹੀ ਆ। ਬਾਕੀ ਜੇ ਕੋਈ ਮੇਰੇ ਵਰਗਾ ਕਈ ਵਾਰ ਨਹੀਂ ਤਜਰਬਾ ਕਰਿਆ ਸੰਬੰਧ ਚਲਾ ਕੇ ਦੇਖਦਾ, ਇਹਦਾ ਮਲਾਈ ਕਰਨੇ ਨੂੰ ਵਧੀਆ ਇਹ ਹੁੰਦੀ। ਉਹਦੇ ਵਾਸਤੇ ਆਪਾਂ 540 ਪਰੇ ਬਾਈ ਦਾ ਨੋਰਮਲ, ਇਹਦੇ 'ਚ ਬਾਹ ਕੇ ਪਤਾ ਲੱਗਦਾ ਵੀ ਹਾਂ ਟਰੈਕਟਰ 'ਚ ਕਿੰਨਾ ਲੋਡ ਪੈਂਦਾ ਹੈ ਨਾ, ਵੀ ਕਿੰਨੀ ਕੁ ਮਲਾਈ ਕਰਦਾ ਰੂਟਾ ਵਿੱਚੋਂ, ਇਹ 'ਚ ਬਹੁਤ ਫਰਕ ਆ। ਬਾਕੀ ਗੰਨਾ ਵੀ ਜੰਮੇ ਆਪਣਾ ਵਧੀਆ ਜੰਮੇ ਆ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਬਾਅਦ ਗੱਡੀ ਮਾਰ ਲਾ ਲਈਏ ਪਹਿਲਾਂ। ਹੁਣ ਆਪਾਂ ਗੇਰਾਂ 'ਚ ਲਾਉਣ ਲੱਗੇ ਹਾਂ,
ਉਹ ਵੀ ਦੁੱਲੇ ਕੋਲ ਪਹੁੰਚੇ ਹਾਂ। ਬਾਕੀ ਟਰਾਲੇ ਦੀ ਲੋਡ ਪੈ ਗਈ, ਟਰਾਲੇ ਹੁਣ ਸਾਰੇ ਬੁੱਕ ਆ, ਅਤੇ ਆਪਣੀ ਜਿਹੜਾ 826 ਪੀ ਆ ਉੱਥੇ ਜੱਗੇ ਨੇ ਵਧਾਉਣ ਲੱਗੇ, ਮਸ਼ੀਨ ਗਈ ਵੀ ਆ, ਤਾਂ ਕਰਕੇ ਫਿਰ ਜੱਗਾ ਕਹਿੰਦਾ ਉਰੀ ਹੁਣ ਲਿਆ ਵੀ ਮਸ਼ੀਨ ਔਖੀ ਜਾਣੀ ਫਿਰ, ਅਤੇ ਕਾਲੇ ਚਾਚੇ ਦਾ ਇੱਧਰ ਪੜ੍ਹਾ ਲਵਾਂਗੇ ਨਾਲੇ, ਅਤੇ ਉੱਥੇ ਮਸ਼ੀਨ ਦੂਈ ਗਈ ਵੀ ਆ ਜੱਜੂ ਵੀਰ ਨਾਲ ਹੀ। ਬਾਕੀ ਟਰੈਕਟਰ ਹੁਣ ਰੂਟਾ ਵੀਟਰ ਮਾਰ ਕੇ ਲੈ ਕੇ ਆਏ ਹਾਂ ਦਵਾਂ ਦਾ, ਅਤੇ ਇੱਧਰ ਵੈਲਡਿੰਗ ਹੋਈ ਵੀ ਆ ਸਾਰੀ, ਹਿੱਸਾ ਹੁੱਸਾ ਕਰਤਾ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਬਾਈ ਧੰਨਵਾਦ ਤੇਰਾ ਬਹੁਤ ਬਹੁਤ, ਬਾਕੀ ਤੁਹਾਡੇ ਬੰਦਿਆਂ ਦਾ ਵੀ ਜਿਨ੍ਹਾਂ ਨੇ ਇੰਨੀ ਹਿੰਮਤ ਦਿਖਾਤੀ। ਲੱਗੇ ਤਾਂ ਮੈਂ ਕਹਿੰਦਾ ਤੁਸੀਂ ਸ਼ਾਮ ਜੀ ਨੂੰ ਹੀ ਇਹਨੂੰ ਮਸ਼ੀਨ ਉੱਥੇ ਔਖੀ ਜਾਂਦੀ ਆਪਣੇ ਜੱਗੇ ਨਾ ਹੀ ਗਏ ਵਧਾਉਣ, ਆਹੀ ਤੇ ਤੈਨੂੰ ਆਇਆ ਵੀ ਚੱਲ ਕਰ ਦੂੰਗੇ, ਸਾਨੂੰ ਵੀ ਪਤਾ ਸੀਜ਼ਨ ਦਾ ਟਾਈਮ ਆਇਆ, ਉਹੀ ਤਾਂ ਹੁਣ ਟਰਾਲੇ ਵੀ ਸਾਰੇ ਬੁੱਕ ਆ, ਇਹ ਤੂੰ ਪਹਿਲਾਂ ਲਿਆ ਕੋਈ ਨਹੀਂ ਮਿਲਦਾ ਤੇ ਕੋਈ ਰੋਲ ਹੁੰਦਾ, ਚੱਲ ਇਹ ਤਾਂ ਜਦ ਲਿਖਿਆ ਪਿਆ ਉਦੋਂ ਹੀ ਹੋਣਾ ਕੰਮ, ਹੋ ਗਿਆ ਤੇਰਾ ਬੈਲਡਿੰਗ ਸਾਰੀ ਮੁੱਕ ਗਈ ਬਸ ਬਣਾ ਦੇ, ਓਕੇ ਪਿੱਛੇ ਵਾਲਾ ਵੀ ਕਰਤਾ ਡਾਲਾ, ਪਿੱਛੇ ਵਾਲਾ ਕਰਤਾ, ਚੱਲ ਵਧੀਆ ਲਓ ਵੀ ਇਹ ਵੀ ਸਿੱਧਾ ਕਰਤਾ ਜਿਹੜਾ ਥੋੜਾ ਜਿਹਾ ਵਿੰਗਾ ਹੋਇਆ ਤਾਂ ਮੱਖੀ ਓ ਹਿੱਸਾ। ਆ ਟੀਟੂ ਮਿਸਤਰੀ ਲੱਗਿਆ, ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ ਹੈਗੀ ਲਾਈ ਆ ਪੂਰੀ ਹੈ ਨਾ, ਬਾਕੀ ਨਟ ਨੁਟ ਬਾਕੀ ਘਾਟ ਬਾਅਦ ਹੋਈ ਫਿਰ ਹੋ ਜੂਗਾ ਮਾੜਾ ਮੋਟਾ ਆਪਣਾ ਕੰਮ। ਇੱਕ ਵਾਰੀ ਹੁਣ ਉਹ ਹੋ ਗਿਆ ਕੰਮ, ਇੱਕ ਵਾਰੀ ਦਾਣੇ ਪਵਾ ਦੇ ਆਪਾਂ ਘਰਾਂ ਉਹ ਰੱਖਣੀ ਆ ਬੀਜ, ਤਾਂ ਕਰਕੇ ਫਿਰ ਹੁਣ ਕੀਲਾ ਕਾ ਉਹ ਵਢਵਾ ਲਿਆਉਂਦੇ ਹਾਂ, ਉਹ ਤਾਂ ਵਿੱਚ ਵਿੱਚ ਆ ਜਾਣਾ। ਬਾਕੀ ਓਕੇ ਦੀ ਰਿਪੋਰਟ ਆਇਆ ਨਾ ਹੁਣ, ਜਿਹੜੀਆਂ ਕਮੀਆਂ ਪੇਸ਼ੀਆਂ ਦੀਆਂ ਆਹ ਗਾਡਰੀ ਗੁਡਰੀ ਕਿਤੇ ਹੈਗੀ ਦੀ ਟੋਚੇ ਲਾਉਣੀ ਉਹ ਵੀ ਸਾਰੀ ਲਾ ਦਿੱਤੀ ਇਹਨਾਂ ਨੇ, ਰਿਪੇਅਰ ਐਨ ਓਕੇ ਕਰਤੀ ਸੀਜ਼ਨ ਕਰਕੇ ਬਾਈ, ਹਿੰਮਤ ਬਹੁਤ ਮਾਰਦੀਆਂ ਹੁਣ ਬੰਦੇ ਕੰਮ ਵੀ ਐਨ ਸਰਾ ਕਰਦੇ, ਓਕੇ ਦੀ ਰਿਪੋਰਟ ਰੱਖ ਲਾ। ਬਾਕੀ ਹੁਣ ਦੇਖਦੇ ਚੱਲਦੇ ਉੱਥੇ ਨੂੰ, ਤਲਵੀਰ ਵੀ ਤਲਵੀਰ ਹੁਣ ਕਸਮ ਬਸ ਦੇਖ ਲਓ, ਮਾਲਾ ਵਾਲਿਆਂ ਨੂੰ ਬੁਲਾ ਲਿਆ, ਰਾਤ ਨੂੰ ਵੀ ਚੱਲਦਾ ਕੰਮ ਦੇ ਟਰਾਲੇ ਦਾ, ਹਾਂ ਦੇਖ ਤਾਂ ਥੱਲੇ ਬਹਿ ਕੇ ਦੇਖ ਲਾ ਤੇ। ਹਾਂ ਜੀ ਬੜੀ ਗੱਲ ਹੋ ਕਸਮ ਆ ਸਰ, ਦੇਖ ਲਾ ਡਾਲਾ ਖੋਲਣਾ ਹੀ ਨਹੀਂ ਜਿਆਦਾ ਖੁੱਲਾ, ਠੀਕ ਆ ਥੱਲੇ ਬਹਿ ਕੇ ਦੇਖ ਪਹਿਲਾਂ, ਕਦੁੱਲੇ ਨਾਲ ਕੰਮ ਦੇਖਣ ਦੀ ਲੋੜ ਨੀ, ਕਿਆ ਕਹਿੰਦਾ ਮੇਰਾ ਮੂੰਹ ਮਿੱਠਾ ਕਰਾ ਦੇ,
ਕਰਾ ਦਿੰਦਾ ਮੈਂ ਕਣਕ ਵਢਾ ਲਵਾਂ ਪਹਿਲਾਂ ਕਣਕ ਵਢਾ ਲਵਾਂ ਕੱਲ ਸਵੇਰੇ ਆਉਂਗੇ ਸਵੇਰ ਜਾ ਫੜ ਲਿਆ ਭੱਜ ਕੇ ਜਾ ਕੇ ਮੈਨੂੰ ਆਹ ਲੈ ਲੈਂਦੇ ਸਵੇਰੇ ਬਾਕੀ ਜਿਹੜਾ ਹੋਊ ਕੋਈ ਸਮਾਨ ਲੱਗੇ ਉਹਦੀ ਸਾਡੀ ਕੋਈ ਗਰੰਟੀ ਨਹੀਂ ਨਾ ਨਾ ਰਾਜ ਕਿਤੇ ਰਹਿ ਜਾਵੇ ਭਾਈ ਹੁਣ ਕਿੱਥੇ ਚਲੇ ਜਾਊ ਨਹੀਂ ਨਹੀਂ ਮੈਂ ਤੇ ਟਰਾਲੇ ਦੀ ਗਰੰਟੀ ਲੈਂਦੇ ਜੀ ਇਹਦਾ ਉਹ ਵੀ ਕੱਢਿਆ ਹੋਣਾ ਦੁੱਲੇ ਪਹਿਲਾਂ ਹੈ ਨਾ ਨਾ ਬੀਂਗਾ ਤੁਹਾਨੂੰ ਸਵੇਰੇ ਆਉਂਗਾ ਯਾਰ ਮੈਨੂੰ ਕਣਕ ਵਢਾ ਲੈਣ ਦੇ ਜਾਂ ਮੈਨੂੰ ਤਾਂ ਫੜ ਕੇ ਜਿਹਦੇ ਮਰਜ਼ੀ ਖਾ ਲਾ ਸਾਰਿਆਂ ਨੂੰ ਨਾਂ ਚੱਲਦਾ ਉਰੇ ਸਵੇਰੇ ਤੁਹਾਨੂੰ ਆ ਕੇ ਸਪੈਸ਼ਲ ਖੜਾ ਕੇ ਜਾਣਾ ਦੁੱਲੇ ਡੱਬਾ ਜਾ ਠੰਡੇ ਦੀ ਬੋਤਲ ਠੰਡੇ ਦੀ ਬੋਤਲ ਨਾ ਨਾ ਮੈਂ ਖਾਲ ਚ ਫਸਾ ਕੇ ਦੋ ਤਿੰਨ ਵਾਰ ਝੂਟੇ ਮਾਰਨੇ ਖਾਲ ਚ ਸਾਡੇ ਪਿੱਛੇ ਟੋਜਨ ਪਾ ਲਾ ਇਸੇ ਨਾਲ ਉਹ ਗਰੰਟੀ ਨਹੀਂ ਹਿਲਦਾ ਨਹੀਂ ਹਿਲਦਾ ਮੈਂ ਸਦਾ ਬੱਤਕ ਜੀਵਰ ਕੱਢ ਗਿਆ ਭੈਣ ਹੁਣ ਨੀ ਕੱਢੂਗਾ ਯਾਰ ਯਾਰ ਗੱਲਾਂ ਦੇਖ ਲੈ ਇਹਦਾ ਕਿਹੜੀ ਲੱਗੀ ਵੀ ਦੀ ਹਾਂ ਉਹ ਵੀ ਤੇ ਦਿਖਾਈ ਜਾਵੇ ਕਿੱਥੇ ਉਧਰ ਪੇਜ ਕਰੀ ਜਾਵੇ ਵੀ ਆਈਟਮ ਅੰਦਰ ਗੇਟੇ ਜੀ ਅਸੀਂ ਚੀਜ਼ਾਂ ਨਹੀਂ ਚੱਕਦੇ ਜੀ ਕੁਆਰ ਚ ਗੇਟੇ ਉਧਰ ਇਹਦਾ ਫੇਰ ਰਲਾ ਬਣਾਇਆ ਉਹਨੂੰ ਕੇਸ ਹੋਣਾ ਚਾਹੀਦਾ ਵੀ ਇਕੜੀ ਬਣ ਜੇਗਾ ਓਏ ਆਹਦੇ ਭਈ ਦੁੱਲੇ ਨਹੀਂ ਉਹਨਾਂ ਨੂੰ ਵੀਡੀਓ ਪਾ ਕੇ ਨਾ ਉਹ ਤਾਂ ਆਹੀ ਜੋ ਲੱਗੀ ਵੀ ਸਮਝ ਲਾ ਵੀ ਆ ਜਾ ਕੰਮ ਵੀ ਹੋ ਜੇ ਕਰਦਾ ਭਾਈ ਡੌਲ ਪਟਵਾਉਂਦੇ ਯਾਰ ਇਸੇ ਪਿੱਛੇ ਰਹਿ ਜਾਂਦੇ ਹੈ ਹਾਂ ਉਹ ਤਾਂ ਕਲੋਲੇ ਹੋ ਗਈ ਆ ਜੇ ਬਾਤ ਟੱਪੀ ਨਹੀਂ ਆਇਆ ਇਸੇ ਰਹਿ ਕਹਿੰਦੇ ਉਹ ਭਾਈ ਹੋਇਆ ਕਹਿੰਦੇ ਉਹਨੇ ਲਿਖਿਆ ਹੋਇਆ ਵੀ ਨਹੀਂ ਹੈਗਾ ਵੀ ਕਿਹਦਾ ਬਣਿਆ ਪਿਆ ਇਹ ਉਹ ਨਹੀਂ ਇਹਦਾ ਮੁੰਡੇ ਦਾ ਨਾਮ ਆਉਂਦਾ ਜਿਹਦਾ ਲੱਤਾਂ ਦਾ ਹਾਂ ਦੱਸ ਕਿਆ ਕਹਿਣ ਲੱਗਿਆ ਧੂਰੀ ਦਾ ਨੀ ਹੈ ਬਣਿਆ ਨਵਾਂ ਸ਼ਹਿਰੀ ਆ ਇਹਨੂੰ ਗਰੀਸ ਕਰਾ ਕੇ ਨਾ ਜੇ ਟਾਇਰ ਪਾ ਲਾ 100 ਕੁਇੰਟਲ ਨੂੰ ਕਿਤੇ ਨਹੀਂ ਜਾਂਦਾ ਬਾਡੀ ਉਹ ਜਿਹੜੀ ਮੇਨ ਤਾਂ ਨਹੀਂ ਜਾਂਦਾ ਇਹਦੇ ਆ ਜਿਹੜੇ ਕੈਸੀ ਮਾੜੀ ਆ ਹਾਂ ਇਹਨੂੰ ਤਕੜੀ ਇਹਨੇ ਪਲੇਟਾਂ ਲਵਾ ਲੈਂਦੇ ਕਿੰਨੇ ਲੋਕ ਕਿਵੇਂ ਪਲੇਟਾਂ ਲੱਚ ਕਪੋ ਕੇ ਆਏ ਨਹੀਂ ਹੋਊਗਾ ਤੇਰਾ ਜਿਹੜੀਆਂ ਉਹ ਥੱਲੇ ਤੇ ਐ ਸਪੋਟਾਂ ਆ ਇਹ ਗੱਲ ਚੈਨਰੀ ਮਾੜੀ ਆ ਇਹਨੂੰ ਪਲੇਟਾਂ ਲਵਾ ਲਾ ਅੰਦਰ ਹਿੱਸੇ ਕੋਲ ਜਿੱਤੇ ਹਿੱਸਾ ਉੱਥੇ ਹਾਂ ਥੋੜੀ ਗਾਹ ਮਤਲਬ ਨਹੀਂ ਹੈਗਾ ਜੇ ਕਦੇ ਐ ਵੀ ਕਰ ਦੇ ਚੋ ਬਾ ਕੋਈ ਨਹੀਂ ਤੈਨੂੰ ਫੇਰ ਮੌਕਾ ਦਿੱਤਾ ਜਾਣਗਾ ਜਿਹੜੇ ਨੂੰ ਬੈਠਾ ਪੈਂਦਾ ਇਹਨੂੰ ਬੈਠ ਤੇ ਇੰਨਾ ਘਟਦਾ ਹੈ ਫਿਰ ਆਏ ਆ 8 ਇੰਚ ਹੀ ਆ ਕੇ ਨਵਾਂ ਲੈਣਾ ਬਲ ਗਿਆ ਉਹ ਹੀ ਲੈਣਾ ਹੋਰ ਹੀ ਲੈਣਾ ਆਪਾਂ ਨੇ ਹੋਰ ਲੈਣਾ ਲੈਣਾ ਹੋਰ ਤੇਰੇ ਨੂੰ 10 ਇੰਚ ਚੱਲ ਤੂੰ ਮੈਨੂੰ ਸਾਈਜ਼ ਦੀ ਮੈਂ ਬਣਾ ਦੂੰਗਾ ਬਾ ਠੀਕ ਆ ਵਿੱਚੇ ਕਰ ਲੂੰਗਾ ਉਹ ਦੁੱਲਾ ਦੁੱਲਾ ਕਰਾ ਦੇਣੀ ਜੀ ਵਿੱਚੇ ਕੱਟਾ ਕੱਟੀ ਸਹੀ ਦੀ ਹੈ ਦੁੱਲਾ ਦੁੱਲਾ ਕਰਾ ਦੇਣੀ ਠੀਕ ਨਹੀਂ ਬਾਈ ਹਾਂ ਹਾਂ ਵਿੱਚੇ ਲੈ ਲੂੰਗੇ ਬਾਜ ਜਿੰਨੇ ਦਾ ਤੇਰੇ ਬਾਪੂ ਨੇ ਸੌਦਾ ਕਰਾਇਆ ਤਾਂ ਉਹਨਾਂ ਤੇ ਕੱਟ ਲਾ ਛੇਤੀ ਕਰ ਟਰਾਲਾ ਧਰ ਦੇ ਵੀਰੇ ਸੌਦੇ ਉੱਚੇ ਹੋਣਾ ਮੈਂ ਟੋਲ ਕੇ ਬਣਾਉਂਦੇ ਆ ਉਹ ਟਾਈਮ ਲੱਗ ਰਿਹਾ ਉਹ ਚੱਕ ਐਂਗਲ ਓਏ ਜੋੜ ਕੋਈ ਦੰਦਾ ਵੀ ਹੋਣਾ ਵੀਡੀਓ ਦਿਖਾ ਲਈ ਵੀ ਆ ਹੋਇਆ